ਗੱਜ ਕੇ ਆਖੋ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ। ਦੁਨੀਆ ਵਿੱਚ ਨਹੀਂ ਜਿਸ ਦਾ ਕੋਈ ਸਾਨੀ, ਉਸ ਗੁਰੂ ਲਸਾਨੀ ਦੀ ਗੱਲ ਕਰੀਏ। 26 ਸਾਲ ਜਿਸ ਨੇ ਭੋਰੇ ਵਿੱਚ ਤਪ ਕੀਤਾ, ਉਸ ਬ੍ਰਹਮ ਗਿਆਨੀ ਦੀ ਗੱਲ ਕਰੀਏ। ਦਿੱਤੀ ਗਈ ਜੋ ਚਾਂਦਨੀ ਚੌਂਕ ਵਿੱਚ, ਉਸ ਪਾਵਨ ਕੁਰਬਾਨੀ ਦੀ ਗੱਲ ਕਰੀਏ। ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਸੀਸ ਦੀਆ ਪਰ ਸਿਰ ਨਾ ਦੀਆ। ਸ਼੍ਰੀ ਗੁਰੂ ਤੇਗ ਬਹਾਦਰ ਜੀ ਸਿੱਖ ਧਰਮ ਦੇ 9ਵੇਂ ਗੁਰੂ ਸਨ। ਗੁਰੂ ਜੀ ਨੂੰ ਧਰਮ ਦੀ ਚਾਦਰ ਅਤੇ ਹਿੰਦ ਦੀ ਚਾਦਰ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ। ਕਸ਼ਮੀਰੀ ਪਟਨਾ ਦੀ ਸ਼ਰਣ ਵਿੱਚ ਆ ਕੇ ਆਪ ਜੀ ਨੂੰ ਹਿੰਦੂ ਧਰਮ ਦੀ ਰੱਖਿਆ ਲਈ ਪੁਕਾਰੇ ਜਾਣ ਕਰਕੇ ਤਿਲਕ ਜੰਜੂ ਰਾਖੇ ਵਜੋਂ ਵੀ ਬਹੁਤ ਸ਼ਰਧਾ ਨਾਲ ਯਾਦ ਕੀਤਾ ਜਾਂਦਾ ਹੈ। ਗੁਰੂ ਜੀ ਸਹਿਜ ਸੁਭਾਅ ਵਾਲੇ ਅਤੇ ਸਹਿਜ ਅਵਸਥਾ ਵਿੱਚ ਵਿਚਰਨ ਵਾਲੇ ਗੁਰੂ ਸਨ। ਗੁਰੂ ਜੀ ਨੇ ਧਰਮ ਹਿੰਦ ਸਾਕਾ ਵਾ ਬੇਜ਼ੁਲਮ ਅਤੇ ਬੇਇਨਸਾਫੀ ਦੇ ਖਿਲਾਫ ਅਦੁੱਤੀ ਸ਼ਹਾਦਤ ਦਿੱਤੀ। ਗੁਰੂ ਨਾਨਕ ਦੇਵ ਜੀ ਵੱਲੋਂ ਪ੍ਰਭੂ ਵਰਗੇ ਗੁਣਾਂ ਨਾਲ ਭਰਪੂਰ ਖਾਲਸੇ ਦੀ ਜਿਹੜੀ ਤਸਵੀਰ ਚਿੰਨ ਚੱਕਰ ਉਪਲੀਕੇ ਗਏ ਸਨ। 9ਵੇਂ ਸਰੂਪ ਵਿੱਚ ਸਰਵ ਹਿੰਦ ਰਖਵਾਲਾ ਅਤੇ ਸਰਵ ਕਲਿਆਣ ਦੇ ਹੋਣ ਨਾਲ ਨਾਲ ਨਿਮਾਣਿਆ ਨਿਤਾਣਿਆ ਨਿਓਤਿਆ ਅਤੇ ਨਿਰਾਸਿਆ ਦਾ ਮਾਣ ਤਾਣ ਅਤੇ ਆਸਰਾ ਬਣ ਕੇ ਸਿੱਖ ਪੰਥ ਵਿੱਚ ਨਿਆਰੇ ਰੰਗ ਭਰ ਦਿੱਤੇ ਗਏ ਸਨ। ਸਿੱਖ ਚੇਤਨ ਵਿੱਚ ਖਾਸ ਰੂਪ ਨਿਸੰਤ ਸਰੂਪ ਨਹੀਂ ਸਗੋਂ ਅਮਲੀ ਜੀਵਨ ਵਿੱਚ ਦੇਵੀ ਪ੍ਰਪੱਤਾ ਹੰਸਲ ਸਰੂਪ ਹੈ। ਇਹ ਸਰੂਪ ਜੀਵਨ ਅਤੇ ਮੌਤ ਨੂੰ ਇੱਕ ਸਮਾਨ ਸਮਝਦਾ ਹੋਇਆ ਆਪਣੀ ਜ਼ਿੰਦਗੀ ਵਿੱਚ ਸੱਚ ਦੇ ਰਾਹ 'ਤੇ ਤੁਰਦਾ ਹੈ। ਜਿਉਂ ਜਿਉਂ ਪ੍ਰੇਮ ਖਿਲਣ ਘਰ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ, ਜਿੱਤ ਮਾਰਗ ਪੈਰ ਤਰੀਜੇ, ਸਿਰ ਦੀਜੇ ਕਾਨ ਨਾ ਕੀਜੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੇਲੇ ਸਮੇਂ ਦੀ ਹਕੂਮਤ ਦਾ ਜਬਰ ਜ਼ੁਲਮ ਜਦੋਂ ਇੰਤਹਾ 'ਤੇ ਪਹੁੰਚਿਆ ਤਾਂ ਆਪ ਪਿਸ ਰਹੀ ਹਿੰਦੂ ਜਨਤਾ ਦੀ ਪੁਕਾਰ ਉੱਤੇ ਡਿੱਗ ਰਹੇ ਮਨੋਬਲ ਨੂੰ ਉੱਚਾ ਚੁੱਕਣ ਲਈ ਅੱਗੇ ਆਏ। ਔਰੰਗਜ਼ੇਬ ਗੁਰੂ ਜੀ ਦੀ ਮਾਨਵਤਾ ਪ੍ਰਤੀਕ ਸੱਚੇ ਪ੍ਰੇਮ ਅੱਖੋਂ ਓਹਲੇ ਕਰਕੇ ਕੂਟਨੀਤਿਕ ਚਾਲਾਂ 'ਤੇ ਉੱਤਰ ਆਇਆ। ਉਸਨੇ ਗੁਰੂ ਜੀ ਦੇ ਸਾਹਮਣੇ ਇਸਲਾਮ ਕਬੂਲ ਕਰਨ ਜਾਂ ਕੋਈ ਕਰਾਮਤ ਦਿਖਾਉਣ ਦੀ ਜਿੱਦ ਕੀਤੀ। ਪਰਮਾਤਮਾ ਦੀ ਰਜ਼ਾ ਵਿੱਚ ਰਹਿਣ ਵਾਲੇ ਗੁਰੂ ਸਾਹਿਬਾਨ ਨੇ ਸੱਚ ਦੇ ਹੱਕ ਵਿੱਚ ਹੌਂਕਾ ਦੇਣ ਦੀ ਸੱਚੀ ਸ਼ਹਾਦਤ ਦੇਣ ਦੀ ਸੱਚੀ ਕਰਾਮਤ ਕਰ ਦਿਖਾਈ ਅਤੇ ਦ੍ਰਿੜ ਕਰ ਦਿੱਤਾ ਕਿ ਖਾਲਸਾ ਸੀਸ ਦੇ ਸਕਦਾ ਹੈ ਪਰ ਸਿਰ ਨਹੀਂ। ਇਸ ਤਰ੍ਹਾਂ ਸਿੱਖ ਇਤਿਹਾਸ ਧਰਮ ਹੇਠ ਸਾਕਾ ਸੁਨਹਿਰੇ ਇਤਿਹਾਸ ਨਾਲ ਭਰਪੂਰ ਹੋ ਗਿਆ। ਤਿਲਕ ਜੰਜੂ ਰਾਖਾ ਪਰ ਪਤਾਕਾ, ਕਿੰਨੂ ਬੰਡੂ ਕਲੂ ਮੈਂ ਸਾਕਾ, ਸਾਧਨ ਹੇਠ ਦਿੱਤੀ ਜਿਨ ਖਰੀ, ਸੀਸ ਦੀਆ ਪਰ ਸੀਨਾ ਉਜਰੀ, ਧਰਮ ਹੇਠ ਸਾਕਾ ਜਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਗੁਰੂ ਤੇਗ ਬਹਾਦਰ ਜੀ ਸ਼ਹੀਦੀ ਕੌਮ ਨੂੰ ਸਵੈ ਵਿਸ਼ਵਾਸ ਅਤੇ ਸਵੈ ਮਾਣ ਨਾਲ ਜੂਣ ਲਈ ਪ੍ਰੇਰਿਤ ਕਰਦੀ ਹੈ ਅਤੇ ਬੇਇਨਸਾਫੀ ਵਿਰੋਧੀ ਕਰਨ ਦੇ ਅਮਲ ਨੂੰ ਨਿਰਤਕਤਾ ਬਖਸ਼ਦੀ ਹੋਈ ਜੂਝ ਮਰਨ ਦਾ ਚਾਉ ਪੈਦਾ ਕਰਦੀ ਹੈ। ਇਸ ਤਰ੍ਹਾਂ ਗੁਰੂ ਜੀ ਨੇ ਆਪਣਾ ਬਲੀਦਾਨ ਦੇ ਕੇ ਇਸ ਸੰਸਾਰ ਦੀ ਰੱਖਿਆ ਕੀਤੀ। ਉਹਨਾਂ ਦੇ ਬਲੀਦਾਨ ਖਾਤਰ ਹੀ ਅੱਜ ਅਸੀਂ ਆਪਣਾ ਸੁਖੀ ਜੀਵਨ ਜੀ ਰਹੇ ਹਾਂ। ਆਪ ਜੀ ਦੀ ਅਦੁੱਤੀ ਸ਼ਹਾਦਤ ਬਾਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਿੱਤਰ ਨਾਟਕ ਵਿੱਚ ਲਿਖਿਆ ਹੈ। ਆਪ ਜੀ ਦੀ ਲਾਸ਼ਾਂ ਦੀ ਸ਼ਹਾਦਤ ਨਾਲ ਦਿੱਲੀ ਦਾ ਦਿਲ ਕੰਬ ਉੱਠਿਆ ਅਤੇ ਲੋਕਾਂ ਦੀਆਂ ਚੀਕਾਂ ਨਾਲ ਅਸਮਾਨ ਚੀਰਿਆ ਗਿਆ। ਐਸੇ ਗਰੀਬ ਨਿਵਾਸ ਧਰਮ ਰਖਵਾਲੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਾਹਿਬ ਜੀ ਨੂੰ ਲੱਖ ਲੱਖ ਪ੍ਰਣਾਮ। ਵਾਹਿਗੁਰੂ ਜੀ ਦਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਦੀ ਫਤਿਹ।